बिस्मिल्लाह रहमान रहीम अस्सलाम वालेकुम। उम्मीद करता हूँ सब खैर खैरियत से होंगे, अल्लाह ताला खुश रखे आबाद रखे। अल्हम्दुलिल्लाह मैं सुबह में आई समझ में नहीं ते पहले जाग ले आया दवाने ले आंदे ने मेरे को जी ए दवाने ले आंदे ने मैं ए ते छोटा दवाना है ए एक बड़ा दवाना है देखो जी हुन इहदा ही करना टेस्ट करना है इहदा जी। ਮੈਂ ਬਾਬਾ ਦਿਨਾਂ ਸੋਸ਼ਲ ਮੀਡੀਆ 'ਤੇ ਸੁਣਨਾ ਪਿਆ ਜੀ ਟੀਕੇ ਵਗੈਰਾ ਲੱਗਦੇ ਰਹਿੰਦੇ ਦਵਾਈਆਂ ਨੂੰ, ਅੱਲਾ ਜਿਹਨੇ ਲੱਗਦੇ ਆ ਜਾਂ ਨਹੀਂ ਲੱਗਦੇ। ਮੈਂ ਕਹਿੰਦਾ ਜੀ ਆਪ ਹੀ ਟੈਸਟ ਕਰਕੇ ਵੇਖ ਲੈਂਦੇ ਹਾਂ ਜੀ, ਅੱਜ ਆਪ ਹੀ ਵੇਖ ਲੈਂਦੇ ਹਾਂ ਟੀਕੇ ਬਾਕੀ ਲੱਗਦੇ ਜਾਂ ਨਹੀਂ ਲੱਗਦੇ ਆ। ਸਾਨੂੰ ਉਮੀਦ ਹੈ ਵੈਸੇ ਟੀਕੇ ਨਹੀਂ ਲੱਗਦੇ ਆ ਕਿਉਂਕਿ ਦਵਾਈਆਂ ਹੁੰਦੇ ਤਕਰੀਬਨ ਲਾ ਵਾਲੇ। ਅੱਜ ਆਪੋ ਟੈਸਟ ਵਗੈਰਾ ਕਰਨੇ ਆ ਕੀ ਹਿਸਾਬ ਲੱਗਦੇ ਆ ਜਾਂ ਨਹੀਂ ਲੱਗਦੇ, ਕੀ ਹਿਸਾਬ ਹੈ। ਇੱਕ ਦਵਾਈ ਟੀਕਾ ਲਾਵਾਂਗੇ, ਇੱਕ ਦਵਾਈ ਟੀਕਾ ਨਹੀਂ ਲਾਉਣਾ ਅਸੀਂ। ਇੱਕ ਤੁਹਾਨੂੰ ਟੀਕਾ ਲਾਵਾਂਗੇ, ਇੱਕ ਨੂੰ ਨਹੀਂ ਲਾਉਣਾ। ਹੁਣ ਸਭ ਤੋਂ ਪਹਿਲਾਂ ਅਸੀਂ ਟੀਕਾ ਲਾਉਂਦੇ ਹਾਂ ਜੀ, ਇਹ ਦੇਖੋ ਜੀ ਬਿਸਮਿਲ੍ਲਾਹ ਰਹਿਮਾਨ ਰਹੀਮ। ਇਹ ਸਾਡੇ ਕੋਲ ਟੀਕਾ ਵਾ, ਇਹ ਮੈਂ ਭਰਿਆ ਜੀ ਇਹ ਦਵਾਈ ਟੀਕਾ ਲਾ ਲੈਂਦਾ ਤੁਹਾਡੇ ਸਾਹਮਣੇ। ਇਹ ਦਵਾਈ ਮੇਰੇ ਕੋਲ ਹੈ, ਪਤਾ ਨਹੀਂ ਇਹ ਦਵਾਈ ਕੱਚਾ ਹੈ ਜਾਂ ਪੱਕਾ ਹੈ। ਇਹ ਦੇਖੋ ਬਿਸਮਿਲ੍ਲਾਹ ਰਹਿਮਾਨ ਰਹੀਮ। ਟੀਕਾ ਆ ਰਿਹਾ ਭਰ ਕੇ, ਟੀਕਾ ਬਾਹਰ ਆ ਰਿਹਾ ਹੈਗਾ। ਇਹ ਦੇਖੋ ਜੀ ਹੁਣ ਹੋਰ ਸਾਈਡ ਥੋੜਾ ਟੈਸਟ ਕਰ ਲੈਂਦੇ ਜੀ। ਇਹ ਭਾਵੇਂ ਆਹ ਮੰਜੀ ਮੰਡੀ ਜਾ ਕੇ ਦਵਾਈ ਲਿਆਉਂਦੇ ਫਿਰ ਟੀਕਾ ਤੇ ਮੈਂ ਲਾਇਆ ਚੌਂ ਪੰਜਾਂ ਜਗ੍ਹਾ ਤੇ। ਇਹ ਦੇਖੋ ਜੀ ਆਹ ਮੇਰੇ ਕੋਲ ਟੀਕਾ ਸੀ ਜਿਹਨੇ ਇੰਜੈਕਸ਼ਨ ਵੀ ਕਹਿੰਦੇ ਆ, ਜਿਹਨੂੰ ਜੀ ਅਸੀਂ ਇੰਜੈਕਸ਼ਨ ਕਹਿੰਦੇ ਹਾਂ, ਉਹ ਮੈਂ ਲਾਇਆ ਚੌਂ ਪੰਜਾਂ ਜਗ੍ਹਾ ਤੇ। ਅਤੇ ਹੁਣ ਇਹਨੂੰ ਕੱਢ ਲੈਣਾ ਤੁਹਾਡੇ ਸਾਹਮਣੇ ਕੱਢਾਂਗੇ ਕੀ ਅੰਦਾਜ਼ਾ ਨਿਕਲਦਾ ਅਤੇ ਕੀ ਇਹਦਾ ਟੈਸਟ ਹੋਇਆ ਵਾ ਜੀ। ਹੁਣ ਚੈੱਕ ਕਰਾਉਂਦੇ ਹਾਂ ਤੁਹਾਨੂੰ, ਲਗਭਗ 10-15 ਮਿੰਟ ਠਹਿਰ ਜਾਂਦੇ ਹਾਂ ਅਤੇ ਉਹ ਇਸ ਤੋਂ ਬਾਅਦ ਹੁਣ ਚੈੱਕ ਕਰਾਉਂਦੇ ਹਾਂ ਜੀ। ਇਹ ਮੇਰੇ ਕੋਲ ਦਵਾਈ ਨਹੀਂ, ਮੈਂ ਟੀਕਾ ਨਹੀਂ ਲਾਇਆ। ਮੈਂ ਬੜੀ ਦਿਨਾਂ ਸੁਣਦਾ ਪਿਆ ਯਾਰ, ਮੇਰੀ ਮਰਜ਼ੀ ਚੱਲ ਯਾਰ ਅੱਜ ਵੀ ਟੈਸਟ ਕਰਨੇ ਆ ਅਸੀਂ ਅਤੇ ਇਸ ਬਹਾਨੇ ਚਲੋ ਵੀਡੀਓ ਵੀ ਬਣਾਉਂਦੇ ਹਾਂ ਅਤੇ ਟੈਸਟ ਵੀ ਕਰਨੇ ਆ, ਉਹ ਤੁਹਾਡੇ ਸਾਹਮਣੇ ਕਰਾਂਗੇ।
ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਇਹ ਵੇਖੋ ਜੀ, ਜਿਹਨੂੰ ਅਸੀਂ ਟੀਕੇ ਲਾਏ ਸੀ ਦਵਾਨੇ ਨੂੰ, ਤੁਹਾਡੇ ਸਾਹਮਣੇ ਦਵਾਨਾ ਖੱਟਣ ਲੱਗੇ ਹਾਂ। ਇਹ ਟੈਸਟ ਹੋਣ ਲੱਗਾ ਆਪਾਂ ਜੀ, ਦਵਾਨਾ ਕੱਚੇ ਆਈ ਜਾਂ ਪੱਕਾ ਇਹਦਾ ਮੈਨੂੰ ਨਹੀਂ ਪਤਾ ਹੈ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਮਾਸ਼ਾਅੱਲਾ, ਦੇਖੇ ਜੀ, ਇਹ ਦੇਖੋ ਜੀ, ਦਵਾਨਾ ਵੈਸੇ ਨਾਰਮਲ ਹੀ ਹੈ, ਥੋੜ੍ਹਾ ਕੱਚਾ ਅਤੇ ਥੋੜ੍ਹਾ ਪੱਕਾ ਵਾ। ਜਿਹੜਾ ਮੈਂ ਟੀਕੇ ਲਾਏ ਸਰ ਇਹਨੂੰ, ਹਾਂਜੀ ਬੇਟਾ, ਇੱਕ ਸੈਰ ਤੋਂ ਆਉਂਦੇ ਦਾਦੀ ਪੁੱਤਰ, ਸੈਰ ਤੋਂ ਹੀ, ਹਾਂਜੀ ਲਿਆਓ ਸੈਰ ਤੋਂ ਹੀ, ਸੈਰ ਤੋਂ ਹੀ। ਇਹ ਦੇਖੋ ਜੀ, ਇਹ ਟੀਕਾ ਨਿਸ਼ਾਨ ਹੈ, ਅੱਜ ਇਹ ਜੇ ਕੱਚੀ ਗਿਰੀ ਹੈ ਨਾ ਤਕਰੀਬਨ, ਇਹ ਵੀ ਲਾਲ ਹੋ ਗਈ ਹੈ, ਇਹ ਕੱਚੀ ਗਿਰੀ ਜਿਹੜੀ ਇਹ ਵੀ ਲਾਲ ਹੋਈ ਤੁਰ ਤੁਰਿਆ। ਦੇਖੋ ਜਿਹੜੇ ਮੈਂ ਲਏ, ਵੈਸੇ ਮੈਂ 15-20 ਮਿੰਟਾਂ ਬਾਅਦ ਚੈੱਕ ਕਰ ਲਿਆ ਸੀ ਦਵਾਨਾ, 15-20 ਮਿੰਟਾਂ ਬਾਅਦ ਦਵਾਨਾ ਚੈੱਕ ਕੀਤਾ ਅਤੇ ਕੱਚੀ ਗਿਰੀ ਇਹ ਵੀ ਲਾਲ ਹੋ ਗਈ ਹੈ, ਥੋੜ੍ਹੀ ਇਹ ਵੀ ਲਾਲ ਹੋ ਜਾਂਦੀ ਆ। ਕਈ ਹਜ਼ਰਾਤ ਟਿਸ਼ੂ ਪੇਪਰ ਲੈ ਕੇ ਉਹ ਵੀ ਚੈੱਕ ਕਰਦੇ ਨੇ, ਟੀਕਾ ਲੱਗਾ ਹੈ ਦਵਾਨੇ ਨੂੰ ਅਤੇ ਆਪਣੇ ਆਪ ਨਜ਼ਰ ਆ ਜਾਂਦਾ ਵਾ ਕਿ ਦਵਾਨ ਟੀਕਾ ਲੱਗਾ ਜਾਂ ਨਹੀਂ ਲੱਗਾ ਹੈ। ਦੇਖੋ ਜੀ, ਤੁਹਾਨੂੰ ਮੈਂ ਟੀਕਾ ਲਾਇਆ ਤੁਹਾਡੇ ਸਾਹਮਣੇ ਅਤੇ ਕੱਚੀ ਗਿਰੀ ਜਿਹੜੀ ਉਹ ਵੀ ਲਾਲ ਹੋਈ ਦੀ ਹੈ। ਇਹਦੇ ਮੈਂ ਤੁਹਾਨੂੰ ਹੋਰ ਪੀਸ ਕਰਕੇ ਦਿਖਾਉਣਾ ਜੀ, ਇਹਦੇ 4 ਪੀਸ ਕਰਕੇ ਦਿਖਾਉਣਾ। ਆਹ ਦੇਖੋ ਜੀ, ਕੱਚੀ ਗਿਰੀ ਹੈ, ਲਾਲ ਹੋਈ ਦੀ ਹੈ। ਇਹ ਜੋ ਹੈ ਸਾਡਾ ਟੈਸਟ ਆਇਆ ਲਾ ਜੀ, ਦਵਾਨੇ ਜੀ ਅਸੀਂ ਟੀਕਾ ਲਾਇਆ ਜੀ, ਇਹ ਸਰ ਗੁੰਮ ਬਗੈਰ ਟੀਕੇ ਨੂੰ ਦਵਾਉਣਾ। ਹੁਣ ਇਹਦਾ ਟੈਸਟ ਕਰਨਾ ਜੀ, ਇਹ ਚੈੱਕ ਕਰਨਾ, ਇਹ ਚੈੱਕ ਕਰਨਾ ਬਾਕੀ ਇਸ ਨੂੰ ਵੀ ਮਸਲਾ ਹੁੰਦਾ ਹੈ ਜਾਂ ਨਹੀਂ ਹੁੰਦਾ ਹੈ, ਪਿੱਛੇ ਲੱਗਾ ਟੀਕਾ ਜਾਂ ਨਹੀਂ ਲੱਗਾ। ਵੈਸੇ ਮੈਂ ਮੰਡੀਓ ਦਵਾਨੇ ਲਿਆਂਦੇ, ਸੁਬਾਹ ਜਾ ਕੇ ਦਵਾਨੇ ਲਿਆਂਦੇ, ਦਵਾਨੇ ਬਿਲਕੁਲ ਤਾਜ਼ਾ ਨੇ। ਬਿਲਕੁਲ ਪੱਕਾ, ਦੇਖੋ ਜੀ, ਸੁਬਹ ਜਾ ਕੇ ਮੰਡੀ ਦਵਾਉਣੇ ਲਿਆਂਦੇ ਨੇ। ਅੱਧੇ ਸ਼ਹਿਰ ਤੁਸੀਂ ਇੱਧਰ ਆਓ, ਐਸਾ ਇੱਥੇ ਆ ਮੇਰੇ ਸਾਥ, ਮੇਰੇ ਸਾਥ ਇੱਧਰ ਬੈਠੋ, ਨਹੀਂ ਇੱਧਰ ਬੈਠੋ, ਮੇਰੇ ਸਾਥ ਸਾਬਾ, ਨਹੀਂ ਇੱਧਰ ਬੈਠੋ, ਇੱਧਰ ਇੱਧਰ ਬੈਠੋ, ਪਾਪਾ ਸਾਥ ਬੈਠੋ ਨਾ, ਇਹ ਸ਼ਾਬਾਸ਼। ਇਹ ਦਵਾਨੇ ਵੇਖੋ ਜੀ, ਦਵਾਨਾ ਬਿਲਕੁਲ ਪੱਕਾ ਵਾ, ਮੇਰੇ ਅੰਦਾਜ਼ ਦੇ ਮੁਤਾਬਕ, ਮੇਰੇ ਟੈਸਟ ਦੇ ਮੁਤਾਬਕ ਜੀ, ਇਹ ਦਵਾਨੇ ਕੋਈ ਟੀਕਾ ਨਹੀਂ ਲੱਗਾ, ਅਤੇ ਜਿਹੜੇ ਦਵਾਨੇ ਟੀਕਾ ਲਾਇਆ ਸੀ ਉਹਦੀ ਕੱਚੀ ਗਿਰੀ ਹੈ ਜਿਹੜੀ ਹੈ ਨਾ, ਇਹ ਕੱਚੀ ਗਿਰੀ ਇਹ ਵੀ ਲਾਲ ਹੋ ਗਈ ਜੀ। ਹੁਣ ਤੁਸੀਂ ਆਪ ਹੀ ਹਿਸਾਬ ਲਾ ਲੈਣਾ ਜੀ, ਇਹਨੂੰ ਕਿਆ ਟੀਕਾ ਲੱਗਦੇ ਆ ਜਾਂ ਨਹੀਂ ਲੱਗਦੇ ਦਵਾਨਿਆਂ ਨੂੰ, ਮੈਂ ਤੁਹਾਡੇ ਸਾਹਮਣੇ ਦੱਸ ਰਿਹਾ ਤੁਹਾਨੂੰ। ਇਹ ਕੱਚੀ ਗਿਰੀ ਵੀ ਲਾਲ ਹੋਈ ਹੈ, ਇਹਦੀ ਕੱਚੀ ਗਿਰੀ ਲਾਲ ਨਹੀਂ ਹੋਈ ਹੈ ਕਿਉਂਕਿ ਇਹਨੂੰ ਟੀਕਾ ਹੀ ਲਾਇਆ ਹੀ ਨਹੀਂ, ਇਹਨੂੰ ਲਾਇਆ ਦਾ, ਇਹਦੀ ਕੱਚੀ ਗਿਰੀ ਵੀ ਲਾਲ ਹੋ ਗਈ, ਇਹਦੀ ਕੱਚੀ ਗਿਰੀ ਲਾਲ ਨਹੀਂ ਹੋਈ ਹੈ। ਮੇਰਾ ਚੈਨਲ ਸਬਸਕ੍ਰਾਈਬ ਕਰੇ, ਅੱਲਾਹ ਆਪਕੋ ਖੁਸ਼ ਰੱਖੇ, ਆਬਾਦ ਰੱਖੇ, ਅਤੇ ਜਿਹੜੇ ਦੋਸਤ ਭਰਾ ਫੇਸਬੁੱਕ 'ਤੇ ਖੜ੍ਹੇ ਹੈ ਨਾ, ਉਹ ਮੇਰੇ ਚੈਨਲ ਨੂੰ ਜਲਦੀ ਜਲਦੀ ਫਾਲੋ ਕਰ ਲਓ, ਬਹੁਤ ਬਹੁਤ ਸ਼ੁਕਰੀਆ।